ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਮਾਗਮ ਚੱਲ ਰਹੇ ਨੇ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਸੰਗਤ ਦੇ ਲਈ ਕੀਤੇ ਗਏ ਨੇ। ਸਾਡੇ ਨਾਲ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕਰਵੰਦਾ ਸਾਹਿਬ ਨੇ। ਕਰਵੰਦਾ ਸਾਹਿਬ, ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਲਗਾਤਾਰ ਸੰਗਤ ਦੀ ਗਿਣਤੀ ਵੱਧ ਰਹੀ ਹੈ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਸਰਕਾਰ ਵੱਲੋਂ ਇੱਕੋ ਹੀ ਉਦੇਸ਼ ਹੈ, ਮੰਤਵ ਹੈ ਕਿ ਗੁਰੂ ਘਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਜਿਹੜੀ ਸੰਗਤ ਆਵੇ ਉਹ ਪਿਆਰ ਨਾਲ ਆਵੇ, ਸਤਿਕਾਰ ਨਾਲ ਆਵੇ, ਪਿਆਰ ਨਾਲ ਜਾਵੇ, ਉਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ। ਤਾਂ ਉਹਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਨੇ ਹੋ ਚੁੱਕੇ ਨੇ, ਔਰ ਤਕਰੀਬਨ 30-35 ਹਜ਼ਾਰ ਤੋਂ ਵੱਧ ਦੀ ਸੰਗਤ ਜਿਹੜੀ ਹੈ ਉਹਦਾ ਰਿਹਾਇਸ਼ ਦਾ ਪ੍ਰਬੰਧ 5-4 ਸਟਾਰ ਫੈਸਿਲਿਟੀ ਦੇ ਵਧੀਆ ਟੈਂਟ, ਸਾਫ਼ ਸੁਥਰੇ, ਮੁਫਤ, ਫਰੀ ਆਫ ਕੋਸਟ ਨੇ, ਔਰ ਮੌਕੇ 'ਤੇ ਵੀ ਮਿਲ ਜਾਂਦੇ ਨੇ, ਔਨਲਾਈਨ ਵੀ ਮਿਲ ਜਾਂਦੇ ਨੇ। ਔਰ ਉੱਥੇ ਆਪਣਾ ਦੋ ਬੈੱਡ ਵਾਲੇ ਨੇ, 4 ਬੈੱਡ ਵਾਲਾ ਹੈ, 15 ਵਾਲਾ ਹੈ, 60 ਵਾਲਾ ਹੈ। ਸੋ ਆਪਣਾ ਸਰਕਾਰ ਵੱਲੋਂ ਸਾਰਾ ਇੰਤਜ਼ਾਮ ਹੈ, ਆਪਣੇ ਪਰਿਵਾਰ ਨਾਲ, ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਨਾਲ ਲੈ ਕੇ ਆਓ। ਔਰ ਉੱਥੇ ਪੂਰੇ ਤਕਰੀਬਨ 4-5 ਹਜ਼ਾਰ ਤੋਂ ਵੱਧ ਟੋਇਲਟਸ, ਸਫਾਈ ਕਰਮਚਾਰੀ, ਸੋ ਸ਼ਹਿਰ ਦੀ ਪੂਰੀ ਸਫਾਈ ਦਾ ਇੰਤਜ਼ਾਮ ਰੱਖਿਆ ਗਿਆ, ਟੋਇਲਟਸ ਰੱਖੇ ਗਏ ਨੇ, ਲੰਗਰਾਂ ਵਿੱਚ ਸਰਕਾਰ ਨੇ ਬਿਜਲੀ ਵੀ ਫ੍ਰੀ ਦਿੱਤੀ ਹੈ, ਪਾਣੀ ਬੱਤੀ ਦਾ ਸਾਰਾ ਨਿਯਮ ਸਰਕਾਰ ਵੱਲੋਂ ਕੀਤਾ ਗਿਆ ਤਾਂ ਜੋ ਕਿਸੇ ਕਿਸਮ ਸੰਗਤ ਨੂੰ ਪਰੇਸ਼ਾਨੀ ਨਾ ਆਵੇ। ਔਰ ਉਹਦੇ 'ਚ ਜਿਹੜੀਆਂ ਬੱਸਾਂ, ਕਾਰਾਂ, ਸਕੂਟਰਾਂ ਦੇ ਬਾਹਰ ਸੰਗਤ ਆ ਰਹੀ ਹੈ ਉਹਨਾਂ ਨੂੰ ਬਾਹਰ ਪਾਰਕਿੰਗ 'ਤੇ ਖੜ੍ਹੇ ਕਰਾ ਕੇ ਉਸ ਤੋਂ ਨਾਲ ਸਿਰਫ ਮੁਫਤ ਸਿਟੀ ਜਿਹੜੀ ਸ਼ਟਲ ਬੱਸ ਹੈ ਉਹ ਵੀ ਅਸੀਂ ਚਲਾਈ ਹੈ, ਉਹਦੇ ਵੀ ਕੋਈ ਟਿਕਟ ਨਹੀਂ ਹੈ, ਫਰੀ ਆਫ ਕੋਸਟ ਹੈ। ਫਿਰ ਜਿਹੜੇ ਬਜ਼ੁਰਗ ਨੇ ਸਾਡੇ ਚੱਲ ਨਹੀਂ ਸਕਦੇ ਉਹਨਾਂ ਵਾਸਤੇ ਗੋਲਫ ਕਾਰਟ, ਈ ਵਹੀਕਲ ਹੈ, ਉਹ ਵੀ ਮੁਫਤ ਹੈ, ਤਾਂ ਜੋ ਗੁਰਦੁਆਰਾ ਸਾਹਿਬ ਤੋਂ ਨੇੜ ਜਾ ਕੇ ਉੱਥੇ ਆ ਸਕਣ। ਫਿਰ ਸਿਰ ਆਪਣਾ ਗੁਰੂ ਸਾਹਿਬ ਦੇ ਇਤਿਹਾਸ, ਗੁਰੂ ਸਾਹਿਬ ਦੀਆਂ ਟੀਚਿੰਗਸ, ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਦੇ ਬਾਰੇ ਆਪਣਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜਿਹੜਾ ਕਿ 15 ਤਰੀਕ ਤੱਕ ਲਗਾਤਾਰ ਚੱਲ ਰਿਹਾ ਹੈ, ਔਰ ਸ਼ਾਮ ਨੂੰ 7 ਵਜੇ ਕੱਲ੍ਹ ਮੈਂ ਵੀ ਦੇਖਿਆ ਪਹਿਲੀ ਵਾਰੀ, ਬਹੁਤ ਸੋਹਣਾ, ਜਿੰਨਾ ਸੋਚਦੇ ਸੀ ਉਸ ਤੋਂ ਵੱਧ ਸਰਕਾਰ ਨੇ ਕੀਤਾ। ਬਿਲਕੁਲ ਬਿਲਕੁਲ ਡੀਸੀ ਸਾਹਿਬ, ਸਰਕਾਰ ਦੇ ਵੱਲੋਂ ਬੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਸਰਕਾਰ ਵਧਾਈ ਦੀ ਪਾਤਰ ਵੀ ਆ, ਸਰਕਾਰ ਨੂੰ ਇਹ ਸ਼ੁਭ ਮੌਕੇ ਦੇ ਉੱਤੇ ਸੇਵਾ ਕਰਨ ਦਾ ਕਹਿ ਲਈਏ ਜਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ। ਇੱਕ ਬੜੀ ਸਮੱਸਿਆ ਆ ਰਹੀ ਹੈ ਡੀਸੀ ਸਾਹਿਬ, ਤੁਹਾਡੇ ਧਿਆਨ 'ਚ ਲਿਆਉਣਾ ਚਾਹੂੰਗਾ, ਸ਼ਾਇਦ ਤੁਹਾਡੇ ਧਿਆਨ 'ਚ ਨਾ ਹੋਵੇ। ਈ ਰਿਕਸ਼ਾ ਆਪਾਂ ਬਜ਼ੁਰਗਾਂ ਦੇ ਲਈ ਲਗਾਏ ਨੇ ਪਰ ਉਹ ਈ ਰਿਕਸ਼ਾ ਪ੍ਰੋਪਰ ਚੱਲ ਨਹੀਂ ਰਹੇ। ਉਹ ਈ ਰਿਕਸ਼ਾ ਜਦੋਂ ਲੋਕ ਉਹਦੀ ਮਦਦ ਲੈਣਾ ਚਾਹੁੰਦੇ ਨੇ ਤਾਂ ਜਾਂ ਤਾਂ ਉਹ ਜਿਹੜੇ ਕਹਿੰਦੇ ਨੇ ਸਾਡੇ ਈ ਰਿਕਸ਼ਾ ਦੀ ਬੈਟਰੀ ਚਾਰਜ ਨਹੀਂ ਹੈਗੀ ਹੈ, ਜਾਂ ਕਹਿੰਦੇ ਮੈਂ ਗੇੜਾ ਲਾਇਆ, ਮੇਰਾ ਟਾਈਮ ਪੂਰਾ ਆ ਗਿਆ। ਸੋ ਥੋੜ੍ਹੀ ਜਿਹੀ ਈ ਰਿਕਸ਼ਾ ਦੀ ਪ੍ਰੋਬਲਮ ਆ ਰਹੀ ਹੈ। ਤੁਸੀਂ ਜੋ ਗੱਲ ਕਰ ਰਹੇ ਹੋ, ਮੇਰੇ ਨੋਟਿਸ 'ਚ 1-2 ਕੇਸ ਆਏ ਨੇ ਐਸੇ, 350 ਈ ਵਹੀਕਲ ਹੈ। ਜੇ ਕਦਾ ਕੋਈ ਕੇਸ ਐਸਾ ਹੋਇਆ ਉਹਨੂੰ ਵੀ ਮੈਂ ਠੀਕ ਕਰਾਤਾ, ਕੋਈ ਚਾਰਜਿੰਗ ਦੀ ਪ੍ਰੋਬਲਮ ਸੀ ਇੱਕ ਰਿਕਸ਼ੇ ਦੀ, ਉਹ ਠੀਕ ਕਰਾਤੀ ਹੈ। ਸਰਕਾਰ ਨੇ ਜਿੱਥੇ 300-400 ਕਰੋੜ ਰੁਪਇਆ ਖਰਚ ਕੀਤਾ, ਇੱਕ ਅੱਧੀ ਗੱਡੀ ਦਾ ਕੋਈ ਫਰਕ ਨਹੀਂ ਪੈਂਦਾ, ਅਸੀਂ ਗੱਡੀਆਂ ਹੋਰ ਚਾਲੂ ਕਰਾਤੀਆਂ। ਮੰਤਵ ਇੱਕੋ ਹੀ ਹੈ, ਪਿਆਰ ਨਾਲ ਆਓ, ਪਿਆਰ ਨਾਲ ਜਾਓ, ਤੁਹਾਡੀ ਸੇਵਾ ਲਈ ਅਸੀਂ ਹਾਜ਼ਰ ਹਾਂ। ਡੀ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਪੀ ਐਮ ਮੋਦੀ ਜੀ ਕਹਿ ਲਈਏ ਜਾਂ ਸੀ ਐਮ ਸਾਹਿਬ ਦਾ ਪ੍ਰੋਗਰਾਮ ਕਿੰਨੇ ਕੁ ਹੋ ਸਕਦੇ ਨੇ, ਇੱਥੇ ਪੀ ਐਮ ਸਾਹਿਬ ਆ ਸਕਦੇ ਨੇ? ਇਹ ਸਰਕਾਰ ਨੂੰ ਪਤਾ ਜੀ, ਇਹ ਸਿਕਿਉਰਿਟੀ ਪੱਖੋਂ ਹੈ, ਜੋ ਪ੍ਰੋਗਰਾਮ ਆਏਗਾ ਅਸੀਂ ਉਸ ਹਿਸਾਬ ਨਾਲ ਲਾਗੂ ਕਰਾਂਗੇ। ਸਿਕਿਉਰਿਟੀ ਵੀ ਆਈ ਹੈ, ਕੋਈ ਇੱਦਾਂ ਦਾ ਇਨਪੁਟ ਵੀ ਆਉਣ ਦਾ ਕੋਈ ਚਾਂਸ? ਸਿਕਿਉਰਿਟੀ ਪੱਖੋਂ ਦੇਖੋ ਜੀ, ਜੋ ਪ੍ਰੋਗਰਾਮ ਆਉਂਦਾ ਉਹ ਪਤਾ ਲੱਗ ਜਾਏਗਾ ਅਤੇ ਉਹ ਫਿਰ ਤਾਂ ਪਬਲਿਕ ਨੂੰ ਓਪਨ ਹੋ ਜਾਏਗਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ EPS ਕਰਵੰਦਾ ਸਾਹਿਬ, ਜਿਨ੍ਹਾਂ ਨੇ ਪ੍ਰਬੰਧਾਂ ਲੈ ਕੇ ਪੂਰੀ ਜਾਣਕਾਰੀ ਦਿੱਤੀ ਔਰ ਈ ਰਿਕਸ਼ਾ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹਦੇ ਉੱਤੇ ਵੀ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਕੋਲ ਵੀ ਇਸ ਤੋਂ ਪਹਿਲਾਂ ਕੇਸਿਸ ਆ ਚੁੱਕੇ ਨੇ ਔਰ ਇਸ ਦੇ ਲਈ ਉਹਨਾਂ ਦੇ ਸਰਕਾਰ ਦੇ ਵੱਲੋਂ ਇਨੀਸ਼ੀਏਟਿਵ ਵੀ ਲਿਆ ਗਿਆ ਔਰ ਕੰਪਨੀ ਨੂੰ ਜਿਹੜਾ ਬਕਾਇਦਾ ਇਹਨੂੰ ਪ੍ਰੋਪਰ ਢੰਗ ਦੇ ਨਾਲ ਚਲਾਉਣ ਦੇ ਲਈ ਜਿਹੜੇ ਨਿਰਦੇਸ਼ ਵੀ ਦਿੱਤੇ ਗਏ ਨੇ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਸੁਖਵਿੰਦਰ ਸਿੰਘ, ਦੈਨਿਕ ਸਵੇਰਾ TV, ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ।